ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸੈਦੋਗੇ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ। ਇਸ ਘਰ 'ਚੋਂ ਅੱਗੇ ਵੀਡੀਓ ਬਣਦੀ ਰਹਿੰਦੀ, ਅੱਜ ਫਿਰ ਪਹੁੰਚੇ ਹਾਂ ਵੀਰ ਨੇ। ਟੋਟਲ 5 ਵਹਿੜਾਂ ਸੇਲ ਕਰਨੀਆਂ, ਜਿਨ੍ਹਾਂ ਵਿੱਚੋਂ 3 ਗੱਭਣਾ, 1 ਤੋਕੜ ਅਤੇ 1 ਤਾਜ਼ੀ ਸੂਈ ਆ ਜੀ। ਤਾਂ ਵੀਰ ਨੂੰ ਫੋਨ ਜ਼ਰੂਰ ਕਰ ਲਿਓ, ਵੀਡੀਓ ਨੂੰ ਕਰ ਲਿਓ ਸ਼ੇਅਰ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ, ਨੰਬਰ ਨੋਟ ਕਰ ਲਓ 8560006019। ਫੇਸਬੁੱਕ 'ਤੇ ਵੀ ਆਪਣਾ ਸੇਮ ਪੇਜ ਆ ਜੀ, ਉਹਨੂੰ ਵੀ ਸਾਰੇ ਜਣੇ ਫੋਲੋ ਕਰ ਲਓ ਜੀ। ਗੱਲਬਾਤ ਕਰਾਉਂਦੇ ਹਾਂ ਵੀਰ ਨਾਲ ਅਤੇ ਇਹਨਾਂ ਦੀ ਡਿਟੇਲ ਲੈਂਦੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ ਜੀ? ਠੀਕ ਠਾਕ। ਮੱਝ ਦੀ ਪਾਈ ਵੀਡੀਓ ਵੇਗੀ? ਮੱਝ ਵੇਗੀ। ਠੀਕ ਹੈ ਜੀ, ਚੰਗੀ ਰਹਿ ਗਈ? ਬਹੁਤ ਵਧੀਆ। ਠੀਕ ਹੈ ਠੀਕ ਹੈ। ਅੱਜ ਕਿੰਨੇ ਫੋਨ 'ਤੇ ਵੇਗੀ ਨੇ? ਆਪਾਂ ਕਿੰਨੀਆਂ ਕਰ ਰਹੀਆਂ ਅੱਜ ਵੈੜਾ ਸੇਲ? ਅੱਜ 5 ਆ। ਠੀਕ ਹੈ ਜੀ, ਅਤੇ ਕਿੰਨੀਆਂ ਗੱਭਣਾਂ ਅਤੇ ਕਿੰਨੀਆਂ ਤਾਜ਼ੀਆਂ ਵਾ? 3 ਗੱਭਣਾਂ ਨੇ, 1 ਤੋਕੜ ਆ, 1 ਤਾਜ਼ੀ। ਠੀਕ ਹੈ ਜੀ, ਆਪਣਾ ਦੱਸ ਦਿਓ ਐਡਰੈਸ ਭਾਅ ਜੀ। ਨਾਮ ਮੇਰਾ ਜਗਤਾਰ ਸਿੰਘ ਆ, ਪਿੰਡ ਸੈਦੋਗੇ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ, ਲਾਗੇ ਮਹਿਤਾ ਚੌਂਕ ਦਾ ਪਾਣਾ। ਫੋਨ ਨੰਬਰ ਦੱਸ ਦਿਓ ਜੀ ਆਪਣਾ। 7746719850। ਠੀਕ ਹੈ ਜੀ, ਠੀਕ ਹੈ। ਅਤੇ ਆਪਾਂ ਪਹਿਲੇ ਨੰਬਰ ਸ਼ੁਰੂਆਤ ਕਰਾਂਗੇ ਗੱਭਣ ਵੈੜ ਤੋਂ। ਆਹ ਵੇਖੋ ਜੀ, ਗੱਭਣ ਵੈੜ ਆ, ਥਾਣ ਥੁਣ ਬੜਾ ਸੋਹਣਾ ਲੱਗਾ ਜੀ ਇਹਨੂੰ। ਆਹ ਵੇਖੋ, ਹਵਾਨਾ ਵੀ ਚੈੱਕ ਕਰ ਲਓ ਭਾਅ ਜੀ। ਸੂਆ ਕਿਨਵਾ ਇਹਦਾ? ਸੂਆ ਦੂਜਾ ਹੈਗਾ ਘਰ ਵਾਲੇ ਦਾ, ਬਾਕੀ ਦਾ। ਅੱਛਾ, ਦੂਜਾ ਸੂਆ? ਹਾਂਜੀ, ਠੀਕ ਹੈ, ਸੀ ਰੱਖ ਲਏ ਭਾਅ ਜੀ ਇੱਧਰ। ਠੀਕ ਹੈ ਜੀ, ਅਤੇ ਦੁੱਧ ਕਿੰਨਾ ਚਵਾਇਆ ਇਹਨੇ? ਦੁੱਧ 12 ਲੀਟਰ ਚਵਾ ਦੂ ਆਰਾਮ ਨਾਲ। ਠੀਕ ਹੈ ਜੀ, ਹੁਣ 12-13 ਲੀਟਰ ਚਵਾ ਜੂ। ਠੀਕ ਹੈ, ਦੂਜੇ ਸੂਏ ਸੇਵਾ ਦੀ ਗੱਲ। ਠੀਕ ਹੈ, ਇਹਨੂੰ ਤੋਰ ਦਿਓ ਜੀ। ਸੋਹਣੀ ਵੈੜ ਆ, ਅਤੇ ਵੀਰ ਕਹਿੰਦਾ ਵੀ ਦਿਨ 10-12 ਲੈ ਜੂਗੀ, ਅਤੇ ਚੰਗੀ ਤਿਆਰ ਹੋ ਗਈ, ਢਿੱਲਾਂ ਢੁੱਲਾਂ ਜੇ ਹੈਗੀਆਂ। ਆਹ ਵੇਖੋ ਜੀ, ਗੱਭਣ ਵੈੜ ਆ ਜੀ। ਆਹ ਵੇਖੋ ਜੀ, ਠੰਡੀ ਧੀਰੀ ਆ, ਕੋਈ ਚੱਕਰ ਨਹੀਂ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਠੰਡੀ ਆ ਜੀ, ਬਾਕੀ ਬਿਲਕੁਲ ਠੰਡੀ ਧੀਰੀ ਆ, ਅਤੇ ਹੈ ਵੀ ਸੋਹਣੀ ਆ, ਥਾਣ ਬੜੇ ਸੋਹਣੇ ਲੱਗੇ ਆ ਇਹਨੂੰ। ਆਹ ਵੇਖੋ ਜੀ, ਬਹੁਤ ਸੋਹਣੀ ਵੈੜ ਆ, ਥਾਣ ਬੜਾ ਸੋਹਣਾ ਲੱਗਾ ਇਹਨੂੰ, ਅਤੇ ਬਾਕੀ ਹੈ ਠੰਡੀ ਧੀਰੀ ਆ। ਆਹ ਵੇਖੋ ਜੀ, ਦਿਨ 10 ਵੀਰ ਕਹਿੰਦਾ ਲੈ ਜੂਗੀ, 10 ਹੀ ਖੜੂਗੀ ਕਿ ਵੱਧ ਵੀ ਖੜ ਸਕਦੀ ਆ ਜੀ? ਠੀਕ ਹੈ ਜੀ, ਅਤੇ ਦੁੱਧ 10-12 ਲੀਟਰ ਹੀ ਚਵਾਊ? ਜਾਇਜ਼ ਮੁੱਲ ਕੀਤਾ, ਗੱਭਣੇ ਆ, 10-12 ਦਿਨ ਲੈ ਜੂਗੀ। ਦੂਜੇ ਨੰਬਰ ਤੇ ਦਿਖਾਉਣੀ ਆ ਜੀ ਆਪਾਂ, ਇਹ ਸੂਈ ਆ, ਤੇ ਇਹਦਾ ਬੱਚਾ ਹੈਗਾ, ਬੱਚਾ ਇਹਦਾ ਅੰਦਰ ਆ ਜੀ, ਤੋਰ ਕੇ ਦਿਖਾਉਣੇ ਆ ਪਹਿਲਾਂ ਤੁਹਾਨੂੰ। ਕੱਦ ਕਾਠ ਚੰਗਾ ਵੈੜ ਦਾ, ਫੇਸ ਕੁਆਲਿਟੀ ਵੀ ਚੰਗੀ ਆ, ਥਣ ਵੀ ਸੋਹਣਾ ਲੱਗਾ, ਮੋਟਾ ਮੋਟਾ ਥਣ ਲੱਗਾ ਇਹਨੂੰ, ਅਤੇ ਥਣਾਂ ਦਾ ਗੈਪ ਵੀ ਚੰਗਾ ਜੀ। ਆਹ ਵੇਖੋ ਜੀ, ਹਵਾਨਾ ਚੈੱਕ ਕਰ ਲਓ। ਘੁਮਾ ਲਿਆਓ ਭਾਅ ਜੀ, ਬਾਕੀ ਕੱਦ ਕਾਠ ਚੰਗਾ ਸੋਹਣਾ ਵਾ ਜੀ ਇਹਦਾ, ਥਣ ਵੀ ਬੜੇ ਸੋਹਣੇ ਆ ਜੀ। ਆਹ ਵੇਖੋ ਜੀ, ਥਣ ਥੁਣ ਚੈੱਕ ਕਰੋ, ਥਣਾਂ ਦਾ ਗੈਪ ਬੜਾ ਸੋਹਣਾ ਵਾ, ਅਤੇ ਥਣ ਹੈ ਵੀ ਮੋਟਾ ਮੋਟਾ ਲੱਗਾ ਇਹਦਾ। ਲੈ ਜਾਓ ਭਾਅ ਜੀ, ਬੰਦ ਹੋ ਇਹਨੂੰ, ਇਹਦਾ ਬੱਚਾ ਅੰਦਰ ਆ। ਠੀਕ ਹੈ ਜੀ, ਬਾਕੀ ਵੱਡੇ ਕੱਦ ਕਾਠ ਦੀ ਮਲਕ ਆ, ਸੋਹਣੀ ਆ ਜੀ ਵੈੜ। ਸੂਆ ਭਾਅ ਜੀ ਇਹਦਾ ਕਿਨਵਾ ਵਾ? ਅੱਛਾ, ਦੂਜੇ ਸੂਏ ਸੂਈ ਆ, ਅਤੇ ਇਹ ਟਾਈਮ 'ਤੇ ਦੁੱਧ ਕਿੰਨਾ ਇਹਦੇ ਕੋਲ? 18 ਲੀਟਰ ਠੰਡਾ ਕਰ ਦਊਂਗਾ। ਅੱਛਾ, 20-22 ਲੀਟਰ ਤਾਂ ਚੜੂਗੇ। ਠੀਕ ਹੈ ਜੀ, ਠੀਕ ਹੈ, ਅਤੇ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? 10 ਦਿਨ ਹੋਏ। ਬੱਚਾ ਦਿਖਾ ਦਈਏ ਇਹਦਾ? ਆਹ ਬੱਚਾ ਜੀ ਇਹਦਾ, ਆਹ ਵੇਖੋ ਜੀ, ਸੋਹਣਾ ਵਾ ਬੱਚਾ। ਵੱਛੀ ਕੁ ਵੱਛਾ ਜੀ? ਵੱਛਾ ਵੱਛਾ ਜੀ, ਮਗਰ।
ਆ ਜੀ ਉੱਚਾ ਬੱਚਾ ਜਿਹੜੀ ਅਗਲੇ ਨੰਬਰ ਤੇ ਦਿਖਾਉਣੀ ਉਹਦਾ ਬੱਚਾ ਆ ਵਾ। ਇਹ ਬੱਚਿਆਂ ਨੂੰ ਅੰਦਰ ਹੀ ਵੱਧਾ ਵਾ ਤਾਂ ਕਰਕੇ ਕਿ ਬਾਹਰ ਠੰਡ ਬਹੁਤ ਜ਼ਿਆਦੀ ਹੈ। ਦੁੱਧ ਫਿਰ ਚੰਗਾ ਇਹਦੇ ਕੋਲ ਹੈ, ਦੁੱਧ ਐਟੋ 18 ਲੀਟਰ ਹੈਗਾ, ਲੀਟਰ ਮਾਰ ਦੋਗੇ, ਲੀਟਰ ਮਾਰ ਕੇ ਠੰਡਾ ਕਰਕੇ ਠੀਕ ਹੈ ਜੀ। ਇਹਦਾ ਮੁੱਲ ਕਿੰਨਾ ਕਰਨਾ? ਮੁੱਲ 50,000 ਬਾਕੀ ਮਾਣ ਨਾਲ ਕਰਨਾ। ਠੀਕ ਹੈ, ਮੌਕੇ ਤੇ ਮਾਣ ਹੋ ਜਾਊਗਾ, ਖੁੱਲਾ ਵੀ ਹੋ ਜਾਂਦਾ ਹੁੰਦਾ ਮਾਣ ਭਾਜੀ, ਖੁੱਲਾ ਹੀ ਕਰਦੇ ਆ ਵੱਡੇ 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 ਮਾਣ ਕਰਦੇ ਆ ਭਾਜੀ ਹੁਣੀ ਜਦੋਂ ਕਰਦੇ ਆ, ਕੋਈ ਛੋਟੇ ਮਾਣ ਨੀ ਗੇ ਹੈ, ਠੰਡੀ ਧੀਰੀ ਆ। ਇਸ ਵਕਤ 18 ਲੀਟਰ ਦੁੱਧ ਤਿਆਰ ਆ। ਅਗਲੇ ਨੰਬਰ ਤੇ ਆਪਾਂ ਦਿਖਾਉਣੀ ਹੈ ਜੀ ਇਹ ਤੋਕੜ ਵਹਿੜ ਆ, ਤੇ ਇਹਦਾ ਬੱਚਾ ਆਪਾਂ ਅੰਦਰ ਦਿਖਾ ਤਾ ਤੁਹਾਨੂੰ, ਉੱਚਾ ਬੱਚਾ ਵਾ ਜੀ, ਇਹ ਵੱਛੀ ਮਗਰ ਆ, ਉਹ ਵੀ ਚੰਗੀ ਕਾਇਮ ਆ ਜੀ, ਆਹ ਵੇਖ ਸਕਦੇ ਆ। ਇਹਦੇ ਕੋਲ ਦੁੱਧ ਕਿੰਨਾ ਜੀ? 9 ਲੀਟਰ ਦੁੱਧ। ਤੇ ਵੱਛੀ ਕਿੰਨੇ ਕੁ ਚਿਰ ਦੀ ਹੋਊਗੀ? 3 ਮਹੀਨਿਆਂ ਦੀ। ਠੀਕ ਆ ਠੀਕ ਆ, ਬਣੀ ਗਾਂ ਕਿ ਨਹੀਂ ਬਣੀ? ਠੀਕ ਆ, ਕੱਦ ਕਾਟ ਦੀ ਇਹ ਵੀ ਚੰਗੀ ਆ, ਥਣ ਬੜੇ ਸੋਹਣੇ ਲੱਗੇ ਇਹਨੂੰ। ਇਹ ਤਾਂ 3 ਕੁ ਮਹੀਨੇ ਹੋਏ ਆ ਸੂਈ ਨੂੰ ਬੱਚਾ, ਇਹਦੇ ਮਗਰ ਵੱਛੀ ਆ, ਤੇ ਵੱਛੀ ਵੀ ਚੰਗੀ ਕਾਇਮ ਆ ਜੀ, ਪੱਠੇ ਪੁੱਠੇ ਖਾਂਦੀ ਆ ਵੱਛੀ, ਤੇ ਇਸ ਟਾਈਮ ਤੇ 9 ਲੀਟਰ ਦੁੱਧ ਆ। ਘੁਮਾ ਲਓ ਜੀ, ਆਹ ਵੇਖੋ ਜੀ, ਥਾਣ ਥੂਣ ਬਹੁਤ ਸੋਹਣਾ ਲੱਗਾ, ਮੋਟਾ ਮੋਟਾ ਥਾਣ ਹੈ ਇਹਦਾ, ਮੁੱਲ ਬਿਲਕੁਲ ਜਾਇਜ਼ ਆ ਜੀ। ਠੀਕ ਹੈ, ਅਤੇ ਇਹਦਾ ਮੁੱਲ ਕਿੰਨਾ ਕਰਨਾ ਜੀ? ਮੁੱਲ ਭਾਅ ਜੀ 18,000 ਰੁਪਇਆ। ਠੀਕ ਹੈ ਜੀ, ਮੌਕੇ ਤੇ ਖੁੱਲਾ ਹੋਜੂ ਮਾਣ, ਕੋਈ ਫਿਕਸ ਰੇਟ ਨੀਗਾ, ਬਾਕੀ ਜਿੱਥੇ ਕਿਸੇ ਨੂੰ ਚੰਗਾ ਲੱਗਾ ਉੱਥੇ ਫੋਨ ਜ਼ਰੂਰ ਕਰ ਲਿਓ, ਨਾਰਾਜ਼ ਨਹੀਂ ਕਰਦੇ ਭਾਅ ਜੀ, ਜਿਹੜਾ ਵੀ ਵੀਰ ਆਊਗਾ ਉਹਨੂੰ ਗਾਈਂ ਦੇ ਕੇ ਘੱਲਣਗੇ। ਆਹ ਦਿਖਾਉਣੀ ਹੈ ਜੀ 3 ਨੰਬਰ 'ਤੇ, ਆਹ ਵੇਖੋ ਜੀ ਥਾਣ ਇਹਦੇ ਬੜੇ ਸੋਹਣੇ ਲੱਗੇ ਆ, ਚਾਰੇ ਥਾਣੇ ਕੋਈ ਜੇ ਤਾਂ ਗੱਬਣ ਵਾ ਵਹਿੜੇ। ਇਹਦਾ ਟਾਈਮ ਕਿੰਨਾ ਰਹਿੰਦਾ ਭਾਅ ਜੀ? ਦਿਨ 10-15 ਲੈ ਜੂਗੀ। ਠੀਕ ਆ ਜੀ, ਅਤੇ ਦੁੱਧ ਕਿੰਨਾ ਚਵਾਇਆ ਇਹਨੇ? ਦੁੱਧ ਘਰ 18 ਲੀਟਰ ਕਹਿੰਦੇ ਹਲੇ ਚੋਇਆ। ਅੱਛਾ ਜੀ, ਸੁਣ ਕੇ ਲਾਉਂਦੀ ਹੈ। ਠੀਕ ਆ, ਬਾਕੀ ਹੁਣ ਵੇਖੋ ਕੀ ਕਰਦੀ ਹੈ, 10-15 ਦਿਨ ਬਾਕੀ ਆ ਜੀ, ਤੋਰ ਦਿਓ ਇਹਨੂੰ। ਆਹ ਵੇਖੋ ਜੀ, ਖਾਣ ਖੂਣ ਬੜਾ ਸੋਹਣਾ ਲੱਗਾ ਇਹਨੂੰ, ਵੈੜ ਨੂੰ, ਆਹ ਵੇਖੋ ਗੱਬਣ ਵੈੜ ਆ। ਘੁਮਾ ਲਓ ਭਾਅ ਜੀ, 18 ਲੀਟਰ ਦੁੱਧ ਚਵਾਇਆ ਇਹਨੇ, ਅਤੇ ਬਾਕੀ ਚੰਗੀ ਤਿਆਰ ਹੋਊਗੀ ਜਦੋਂ ਬਣ ਜੂਗੀ ਨਾ, ਅਤੇ ਢਿੱਲਾਂ ਅਜੇ ਹੈਗੀਆਂ ਹਵਾਨੇ 'ਚ, ਤਾਂ ਦਿਨ ਵੀ ਲੈ ਜੂਗੀ ਇਹਦੀ। ਪੂਰਿਆਂ ਦਿਨਾਂ 'ਤੇ ਸੂ ਪੈਂਦੀ ਕਿ ਲੈ ਜਾਂਦੀ ਉੱਪਰ ਦਿਨ? ਲਿਆਦੀ ਹੁਣ ਰੱਬ ਹੀ ਜਾਣੂ। ਠੀਕ ਹੈ ਜੀ, ਮੈਂ ਰੱਖਣਾ ਵੀ ਪੂਰੇ ਸੂ ਪੈਂਦੀ। ਅਤੇ ਇਹਦਾ ਮੁੱਲ ਕਿੰਨਾ ਕਰਨਾ ਜੀ? ਮੁੱਲ ਦਾ 38,000 ਆ, 35,000 ਦੇ ਦਾਂਗੇ ਮੌਕੇ ਤੇ, 35,000 ਦੀ ਉਹ ਚੋਂ ਛੋਟ ਛਾੜ ਹੋ ਜਾਣੀ ਬਸ ਵੀ ਰੱਖ ਕੇ। ਠੀਕ ਹੈ, ਫੋਨ ਕਰ ਲਿਓ, ਤੇ ਸੂਆ ਕਿਨਵਾ ਇਹਦਾ? ਸੂਆ ਦੂਜਾ। ਅੱਛਾ, ਦੂਜਾ ਸੂਆ, ਬਾਕੀ ਅਗਲੀ ਸਮਝ ਆਪਣੀ ਕਰਨੀ ਇਹ ਲਿਆਂਦੀ ਆ। ਹਾਂਜੀ, ਫੋਨ ਜ਼ਰੂਰ ਕਰ ਲਿਓ, 35,000 ਚੋਂ ਖੁੱਲਾ ਮਾਣ ਹੋ ਸਕਦਾ, ਹਿਸਾਬ ਨਾਲ ਵੀ ਹੋ ਸਕਦਾ, ਬਾਕੀ ਤੁਹਾਡੇ ਤੇ ਡਿਪੈਂਡ ਵਾ। ਹਾਂਜੀ, ਤੇ ਆਹ ਦਿਖਾਉਣੀ ਆਪਾਂ ਲਾਸਟ ਤੇ ਦਿਖਾਉਣੀ ਆ, ਵੱਛੀ ਚੈੱਕ ਕਰ ਲਓ ਜੀ, ਪਹਿਲਾ ਸੂਆ ਸੂਣਾ ਇਹਨੇ, ਤੇ ਆਹ ਵੇਖੋ ਜੀ ਥਾਣ ਥੂਣ ਇਹਦਾ ਨਿਗਾ ਨਿਗਾ ਹੈਗਾ ਜੇ, ਤੇ ਟਾਈਮ ਵੀ ਪੁੱਛਦੇ ਆ ਵੀਰ ਨੂੰ ਕਿੰਨਾ ਖੜੂਗੀ, ਚੱਡੀ ਬਣੀ ਆ। ਆਹ ਥਾਣ ਚੈੱਕ ਕਰ ਲਓ ਜੀ, ਇਹਦੇ ਫੇਸ ਕੁਆਲਿਟੀ ਚੈੱਕ ਕਰ ਲਓ, ਸੂਆ ਪਹਿਲਾਂ ਹੀ ਇਹਦਾ ਜੀ। ਠੀਕ ਆ ਜੀ, ਤੇ ਕਿੰਨਾ ਟਾਈਮ ਦੀ ਗੱਬਣ ਆ ਇਹ? 6 ਮਹੀਨੇ ਪੂਰੇ ਗੱਬਣ ਆ। 6 ਮਹੀਨਿਆਂ ਦੀ ਗੱਬਣ, ਚੈੱਕ ਆਪਣੀ ਤੁਸੀਂ ਆਪ ਕਰਾਈ? ਠੀਕ ਆ ਜੀ, ਠੀਕ ਸਹੀ ਆ, ਇਹਨੂੰ ਤੋਰ ਦਿਓ ਜੀ, ਇਹਦਾ ਮੁੱਲ ਜਾਇਜ਼ ਹੀ ਕਰਨਾ ਭਾਅ ਜੀ ਨੇ,
ਚੈੱਕ ਕਰ ਲਓ ਕੱਦ ਕਾਰਡ ਦੀ ਚੰਗੀ ਆ ਤੇ ਆਹ ਵੇਖੋ 6 ਮਹੀਨੇ ਹੋ ਗਏ ਕਿ ਹੋਣੇ ਅਜੇ 6 ਮਹੀਨੇ ਹੋ ਗਏ ਇਹਨੂੰ ਆਹ ਵੇਖੋ ਨਿੱਘੀ ਚੱਡੀ ਦਿਖਾਉਂਦੀ ਆ ਆਹ ਵੇਖੋ ਚੈੱਕ ਕਰੋ ਤੇ ਥਣ ਵੀ ਦਿਖਾਉਂਦੀ ਆ ਨਿਕਾ ਨਿਕਾ ਅਤੇ ਫੋਨ ਜ਼ਰੂਰ ਕਰ ਲਿਓ ਮੋੜ ਲਓ ਵੀਰ ਜੀ ਮੋੜ ਲਓ ਆਹ ਵੇਖੋ ਜੀ ਕੱਦ ਕਾਰਡ ਬਹੁਤ ਚੰਗਾ ਪੂਰੀ ਕਾਇਮ ਆ ਜੀ ਦੁੱਧ ਭਾਜੀ ਕਿੰਨਾ ਚਵਾਜੂਗੀ ਜੀ ਦੁੱਧ ਤੇ ਵੀਰਾ ਸੇਵਾ ਦਾ ਦੁੱਧ ਮੈਂ ਤਾਂ ਕਹਿੰਦਾ 12-14 ਚਵਾਈ ਬਾਕੀ ਕਸਮਤ ਸੇਵਾ ਕਰ ਲੈ ਕੋਈ ਹਾਂਜੀ ਇਹ ਚੋਹਦਾ ਗਾਂ ਜੀ ਦਾ ਕੱਢ ਕਿੱਦਾਂ ਹਾਂਜੀ ਕੱਦ ਕਾਰਡ ਚੰਗਾ ਵਾ ਠੀਕ ਹੈ 6 ਮਹੀਨੇ ਕੱਪੜ ਕੰਨਾ ਬਣਾਈ ਦੁੱਧ ਬਣਾਈ ਫਿਰਦੀ ਹਾਂਜੀ ਹਾਂਜੀ ਅਤੇ ਮੁੱਲ ਕਿੰਨਾ ਕਰਦੇ ਜੀ ਇਹਦਾ ਮੁੱਲ 16,000 ਰੁਪਈਆ ਜੀ ਠੀਕ ਹੈ ਸਾਹਮਣੇ ਨਹੀਂ ਖੜਨੀ ਹਾਂਜੀ 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 ਅਤੇ ਮੌਕੇ 'ਤੇ ਮਾਣ ਮੂਣ ਕਰ ਦਿਓਗੇ ਕਿ ਨਹੀਂ ਠੀਕ ਹੈ ਜੀ ਕਰਨੀ ਭਾਜੀ ਕੋਈ ਗੱਲਬਾਤ ਹੋਰ ਬਸ ਬਾਕੀ ਸਭ ਠੀਕ ਠਾਕ ਵੀਰਾ ਕੋਈ ਵੀ ਆ ਜੇ ਠੀਕ ਚੈੱਕ ਕਰਾ ਲੈ ਖੜੇ ਆਪਣੇ ਚੈੱਕ ਪਾਸ ਕਰਾਵੇ ਜਿਹੜੀਆਂ ਗੱਭਣਾ ਉਹਨਾਂ ਨੂੰ ਖਾਣ ਪਾਸ ਕਰ ਲੈ ਜਿਹੜੀ ਠੀਕ ਹੈ ਜੀ ਠੀਕ ਆਹੀ 5 ਪਸ਼ੂ ਸੇਲ ਕਰਨੇ ਆ 5 ਪਸ਼ੂ ਸੇਲ ਕਰਨੇ ਵੀਰ ਨੇ ਆ ਕੇ ਆਪਣੀ ਤਸੱਲੀ ਕਰ ਲਿਓ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਜਾਇਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ।